ਨਮਸਕਾਰ ਜੀ, ਮੈਂ ਅਵਤਾਰ ਲਾਲ, UPI ਨਿਊਜ਼ ਪੱਤਰਕਾਰ, ਜ਼ਿਲ੍ਹਾ ਕਪੂਰਥਲਾ ਤੋਂ। ਅੱਜ ਅਸੀਂ ਪਹੁੰਚੇ ਹਾਂ ਪਿੰਡ ਪੱਡੇ, ਜ਼ਿਲ੍ਹਾ ਕਪੂਰਥਲਾ ਦੇ ਲੰਬੜਦਾਰ ਸਰਦਾਰ ਬਲਜਿੰਦਰ ਸਿੰਘ ਜੀ ਦੇ ਕੋਲ। ਸਤਿ ਸ਼੍ਰੀ ਅਕਾਲ ਜੀ ਲੰਬੜਦਾਰ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਪੱਤਰਕਾਰ ਆਪਣੇ ਗਗਨ ਦੀ ਭਾਜੀ ਹੋਣ ਦਾ ਬਹੁਤ ਧੰਨਵਾਦ ਕਰਦਾ UPI ਵੇਲੇ ਮੇਰੇ ਵੀਰ ਮੇਰੇ ਪਿੰਡ ਆ ਕੇ ਸਾਡੀ ਇੰਟਰਵਿਊ ਕਰਨ ਆਏ, ਅਸੀਂ ਇਹਨਾਂ ਦੇ ਬੜੇ ਧੰਨਵਾਦੀ ਹਾਂ। ਅਤੇ ਲੰਬੜਦਾਰ ਜੀ, ਥੋੜ੍ਹਾ ਜਿਹਾ ਆਪਣੀ ਲੰਬੜਦਾਰੀ ਦੇ ਬਾਰੇ ਚਾਨਣਾ ਪਾਓ ਕਿ ਤੁਸੀਂ ਕਦੋਂ ਤੋਂ ਅਤੇ ਕਿਵੇਂ ਬਣੇ? ਦੇਖੋ ਜੀ, ਸਭ ਤੋਂ ਪਹਿਲਾਂ ਸਾਡੇ ਬਾਬਾ ਜੀ ਲੰਬੜਦਾਰੀ ਕਰਦੇ ਸੀਗੇ, ਸਰਦਾਰ ਊਧਮ ਸਿੰਘ ਲੰਬੜਦਾਰ। ਇਹਨਾਂ ਨੇ ਕਾਫੀ ਚਿਰ ਨਗਰ ਦੀ ਸੇਵਾ ਕੀਤੀ। ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਸਰਦਾਰ ਮਹਿੰਦਰ ਸਿੰਘ ਜੀ ਲੰਬੜਦਾਰ, ਉਹਨਾਂ ਨੇ ਵੀ ਸੇਵਾ ਕੀਤੀ। ਉਹਨਾਂ ਦੇ ਐਕਸਪਾਇਰ ਹੋਣ ਤੋਂ ਬਾਅਦ ਇਹ ਸੇਵਾ ਦਾ ਮੌਕਾ ਜੀ ਪਰਮਾਤਮਾ ਨੇ ਮੈਨੂੰ ਦਿੱਤਾ ਅਤੇ ਮੈਂ ਇਹ ਸੇਵਾ ਕਰ ਰਿਹਾ ਜੀ ਉਹਨਾਂ ਦੀ ਬਦੌਲਤ। ਹੋਰ ਜਿਵੇਂ ਲੰਬੜਦਾਰ ਤੁਸੀਂ ਬਣੇ, ਉਸ ਤੋਂ ਬਾਅਦ ਸਰਕਾਰ ਨਾਲ ਸੰਬੰਧਿਤ ਕਿਹੜੇ ਕਿਹੜੇ ਕੰਮ ਕੀਤੇ ਪਿੰਡ ਦੇ ਅਤੇ ਆਪਣੇ ਨਗਰ ਦੇ ਲੋਕਾਂ ਦੇ? ਅਸੀਂ ਜੀ ਸਰਕਾਰ ਦੇ ਸੰਬੰਧੀ ਕੋਈ ਇੱਦਾਂ ਕੋਈ ਖਾਸ ਕੰਮ ਨਹੀਂ ਕੀਤਾ। ਸਰਕਾਰਾਂ ਨੇ ਸਾਨੂੰ ਸਿਰਫ ਇੱਕ ਮੈਰਿਜ ਵਾਸਤੇ ਜਾਂ ਆਪਣੇ ਲਾ ਲਓ ਰਜਿਸਟਰੀਆਂ ਵਾਸਤੇ ਸਾਨੂੰ ਰੱਖਿਆ। ਅਸੀਂ ਉਹ ਤਾਂ ਆਪਣੀ ਸੇਵਾ ਨਿਭਾ ਰਹੇ ਹਾਂ ਅਤੇ ਜਦੋਂ ਸਾਨੂੰ ਸਰਕਾਰ ਬੁਲਾਉਂਦੀ ਅਸੀਂ ਹਾਜ਼ਰ ਹੁੰਦੇ ਹਾਂ ਜੀ। ਅਸੀਂ ਸਰਕਾਰ ਦੇ ਧੰਨਵਾਦੀ ਹਾਂ ਕਿ ਸਰਕਾਰ ਨੇ ਸਾਨੂੰ ਇਹ ਜ਼ਰੂਰ ਮੌਕਾ ਦਿੱਤਾ ਕਿ ਲੰਬੜਦਾਰ ਦਾ ਪੁੱਤ ਲੰਬੜਦਾਰ ਹੀ ਬਣਨਾ ਚਾਹੀਦਾ। ਇਹ ਬਹੁਤ ਚੰਗੀ ਚੀਜ਼ ਆ ਅਤੇ ਅਸੀਂ ਸਰਕਾਰ ਨੂੰ ਦੁਬਾਰਾ ਇਹ ਵੀ ਬੇਨਤੀ ਕਰਦੇ ਹਾਂ ਕਿ ਇਹ ਸਰਪ੍ਰਸਤੀ ਚੱਲਣੀ ਚਾਹੀਦੀ ਆ, ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਹਾਂ, ਸਾਡੇ ਬਜ਼ੁਰਗ ਸੇਵਾ ਕਰਦੇ ਆਉਂਦੇ ਆ, ਕਈ ਵਾਰੀ ਇਹ ਗੱਲ ਵਿੱਚ ਹੋ ਜਾਂਦੀ ਆ ਕਿ ਬੰਦਾ ਦੂਜਾ ਬੰਦਾ ਉੱਠ ਕੇ ਇਹ ਚੀਜ਼ ਕਰਦਾ ਕਿ ਲੰਬੜਦਾਰੀ ਤੋਂ ਖੋਈ ਜਾਵੇ। ਅਸੀਂ ਨਹੀਂ ਇਹ ਗੱਲ ਚਾਹੁੰਦੇ ਕਿ ਜੇ ਉਹਦਾ ਬਜ਼ੁਰਗ ਨੇ ਸਾਡੇ ਬਜ਼ੁਰਗਾਂ ਨੇ ਸੇਵਾ ਕੀਤੀ ਆ, ਠੀਕ ਆ, ਸਾਡੇ ਕੋਲ ਗਲਤੀਆਂ ਹੋਈਆਂ ਹੋਣਗੀਆਂ, ਉਸ ਗਲਤੀਆਂ ਦੀ ਅਸੀਂ ਰਹਿਣੀ ਹੋਵਾਂਗੇ, ਅਸੀਂ ਸਾਨੂੰ ਦੱਸੋ, ਅਸੀਂ ਸੁਧਾਰਨ ਕਰਨ ਨੂੰ ਤਿਆਰ ਹਾਂ। ਪਰ ਇਹ ਨਾ ਹੋਵੇ ਕਿ ਜੇ ਕੋਈ ਸਰਕਾਰ ਚਾਹੁੰਦੀ ਕਹਿ ਦਿੰਦੀ ਕਿਸੇ ਵੇਲੇ ਇਹ ਗੱਲ ਕਹਿ ਦਿੰਦੀ ਆ ਕਿ ਇਸ ਬੰਦੇ ਕੋਲ ਜੀ ਜ਼ਮੀਨ ਜਾਇਦਾਦ ਜ਼ਿਆਦੀ ਆ ਜਾਂ ਕੋਈ ਪਾਵਰ, ਪਰ ਉਹਦੇ ਕੋਲ ਸਮਝ ਨਹੀਂ ਹੈਗੀ। ਸਮਝ ਜੋ ਸਾਡੇ ਬਜ਼ੁਰਗਾਂ ਕੋਲ ਸਾਨੂੰ ਉਹਨਾਂ ਕੋਲ ਮਿਲੀ ਆ, ਉਹ ਉਸ ਨੂੰ ਟਾਈਮ ਲੱਗੂਗਾ ਉਸ ਮਿਲਣ ਨੂੰ। ਅਤੇ ਇਹ ਚੀਜ਼ ਅਸੀਂ ਚਾਹੁੰਦੇ ਹਾਂ ਕਿ ਜੇ ਸਰਪ੍ਰਸਤੀ ਚੱਲਦੀ ਆ ਲੰਬੜਦਾਰੀ, ਉਹ ਸਾਨੂੰ ਇਸੇ ਤਰ੍ਹਾਂ ਚੱਲਦੀ ਰੱਖਣੀ ਚਾਹੀਦੀ ਹੈ ਸਰਕਾਰ ਨੂੰ। ਲੰਬੜਦਾਰ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਜੀ? ਨੰਬਰਦਾਰ ਦੀਆਂ ਜ਼ਿੰਮੇਵਾਰੀਆਂ ਦੇਖੋ ਜੀ, ਨਗਰ ਦੇ ਵਿੱਚ ਕੋਈ ਲੜਾਈ ਝਗੜਾ ਹੁੰਦਾ ਜਾਂ ਕੋਈ ਗੱਲਬਾਤ ਜਾਂ ਰਜਿਸਟਰੀਆਂ ਹੁੰਦੀਆਂ, ਕੋਰਟ ਮੈਰਿਜਾਂ ਹੁੰਦੀਆਂ, ਅਤੇ ਉੱਥੇ ਜਾ ਕੇ ਉਹਨਾਂ ਨੂੰ ਸੁਲਝਾਉਣਾ ਹੁੰਦਾ ਜੀ। ਅਤੇ ਅਸੀਂ ਜਦੋਂ ਧੀਆਂ ਦੀਆਂ ਕੋਈ ਮੈਰਿਜਾਂ ਹੁੰਦੀਆਂ, ਅਸੀਂ ਉੱਥੋਂ ਬਹੁਤ ਜਲਦੀ ਉਹਨਾਂ ਚੀਜ਼ਾਂ ਨੂੰ ਕਵਰ ਕਰਦੇ ਹਾਂ। ਸਾਡਾ ਫਰਜ਼ ਬਣਦਾ ਕਿ ਕੋਰਟ ਮੈਰਿਜਾਂ ਦੇ ਸਾਡੇ ਆ ਜੋ ਸਾਨੂੰ ਮੈਸੇਜ ਦਿੰਦੇ, ਅਸੀਂ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਜਾਈਏ, ਅਸੀਂ ਕਿਸੇ ਨੂੰ ਪਰੇਸ਼ਾਨ ਨਾ ਕਰੀਏ ਜੀ। ਜੋ ਮਾਣ ਪੱਤਾ ਤੁਹਾਨੂੰ ਮਿਲ ਰਿਹਾ, ਹਾਂਜੀ, ਅਤੇ ਉਹਦੇ ਬਾਰੇ ਕੁਛ ਕਹਿਣਾ ਚਾਹੋਗੇ? ਅਸੀਂ ਸਰਕਾਰ ਨੂੰ ਇਹੋ ਬੇਨਤੀ ਕਰਦੇ ਹਾਂ ਕਿ ਹੱਥ ਜੋੜ ਕੇ ਕਿ ਜੋ ਸਰਕਾਰ ਨੇ ਸਾਨੂੰ ਮਾਣ ਪੱਤਾ ਲਾਇਆ, ਚਲੋ ਧੰਨਵਾਦ ਬਹੁਤ ਕਰਦੇ ਹਾਂ, ਪਰ ਇਹ ਸਾਡਾ ਮਾਣ ਪੱਤਾ ਨਹੀਂ ਹੋਏਗਾ ਜੀ। ਇਹ ਸਿਰਫ ਸਾਨੂੰ ਸਿਰਫ ਇੱਕ ਲੋਕ ਦਿਖਾਵਾ, ਸਰਕਾਰ ਨੇ ਸਾਡੀਆਂ ਅੱਖਾਂ ਭਜਾਈਆਂ ਆ। ਅਸੀਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਮਾਣ ਪੱਤਾ ਘੱਟ ਤੋਂ ਘੱਟ 7 ਤੋਂ 10 ਹਜ਼ਾਰ ਰੁਪਈਆ ਹੋਣਾ ਚਾਹੀਦਾ ਜੀ। ਤਹਿਸੀਲ ਦੇ ਵਿੱਚ ਹੋਰ ਤੁਹਾਨੂੰ ਬੈਠਣ ਵਾਸਤੇ ਕੋਈ ਸੁਵਿਧਾ ਦਿੱਤੀ ਗਈ ਹੈ? ਨਹੀਂ ਜੀ, ਸਰਕਾਰਾਂ ਨੇ ਕਿਹਾ ਸੀਗਾ ਵੀ ਲੰਬੜਦਾਰਾਂ ਵਾਸਤੇ ਇਹ ਕਮਰਾ ਬਣੂਗਾ, ਨਿਊਜ਼ ਪੇਪਰ ਲੱਗੂਗਾ, ਉਹਨਾਂ ਵਾਸਤੇ ਵੀ ਇਹ ਸਹੂਲਤਾਂ ਮਿਲਣਗੀਆਂ, ਪਰ ਸਾਨੂੰ ਹਾਲੇ ਤੱਕ ਇਹ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ। ਅਸੀਂ ਜਾਂਦੇ ਹਾਂ ਰਜਿਸਟਰਿੰਗ ਵਾਸਤੇ, ਸਾਨੂੰ ਖੜ੍ਹੇ ਹੋਣ ਵਾਸਤੇ ਜਦੋਂ ਸਾਰਾ ਸਾਰਾ ਦਿਨ ਸਵੇਰ ਤੋਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਅਸੀਂ ਖੜ੍ਹੇ ਰਹਿੰਦੇ ਹਾਂ ਜੀ ਉੱਥੇ ਸੀਲਦਾਰ ਦੇ ਡੋਰ ਦੇ ਮੂਹਰੇ। ਉੱਦਾਂ ਖੜ੍ਹੇ ਹੋ ਕੇ ਫਿਰ ਆ ਕੇ ਆਪਣਾ ਵੀ ਜੋ ਵੀ ਹੁੰਦਾ ਅਸੀਂ ਆਪਣਾ ਕੰਮ ਕਾਜ ਕਰਦੇ ਹਾਂ, ਸਾਨੂੰ ਕੋਈ ਬੈਠਣ ਦੀ ਸਹੂਲਤ ਨਹੀਂ ਕੋਈ ਮਿਲੀ ਹਾਲੇ ਤੱਕ। ਜਦੋਂ ਲੋਕਾਂ ਦੀ ਸੇਵਾ ਵਾਸਤੇ ਤੁਸੀਂ ਤਹਿਸੀਲ ਜਾਣਾ ਹੁੰਦਾ ਆ, ਹਾਂਜੀ, ਤੇ ਕਿਰਾਏ ਭਾੜੇ ਨਾਲ ਸੰਬੰਧਿਤ ਕੋਈ ਮਤਲਬ ਕਿਰਾਏ ਮਾਫ਼ ਆ ਤੁਹਾਨੂੰ ਜਾਂ ਕਿਵੇਂ, ਉਹਦੇ ਬਾਰੇ ਦੱਸੋ। ਨਹੀਂ ਜੀ, ਸਾਨੂੰ ਕੋਈ ਕਿਰਾਇਆ ਮਾਫ਼ ਨਹੀਂ ਗਿਆ। ਅਸੀਂ ਸਰਕਾਰ ਨੂੰ ਇਹ ਵੀ ਨਹੀਂ ਬੇਨਤੀ ਕਰਦੇ ਕਿ ਸਾਨੂੰ ਕਿਰਾਇਆ ਦਿੱਤਾ ਜਾਵੇ, ਪਰ ਅਸੀਂ ਸਰਕਾਰ ਨੂੰ ਇਹ ਕਹਿੰਦੇ ਕਿ ਜੇ ਸਾਡਾ ਮਾਣ ਭੱਤਾ ਲਾਇਆ, ਅਸੀਂ ਉਸ ਮਾਣ ਭੱਤੇ ਨੂੰ ਸਾਨੂੰ ਅਸੀਂ ਸਰਕਾਰ ਨੂੰ ਇਹ ਗੱਲ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਵੀ ਸਾਡਾ ਮਾਣ ਭੱਤਾ ਵਧਾਇਆ ਜਾਵੇ।
ਇਸ ਕਰਕੇ ਸਾਨੂੰ ਅਸੀਂ ਇਹ ਸਹੂਲਤ ਨਹੀਂ ਸਰਕਾਰ ਨੂੰ ਨਹੀਂ ਕਹਿੰਦੇ ਠੀਕ ਹੈ ਸਾਨੂੰ ਉਹਨਾਂ ਨੇ ਇਸ ਚੀਜ਼ 'ਤੇ ਸੇਵਾ ਦੇ ਵਿੱਚ ਰੱਖਿਆ ਅਸੀਂ ਸੇਵਾ ਕਰਨ ਨੂੰ ਸਰਕਾਰ ਦੀ ਵਾਸਤੇ ਤਿਆਰ ਹਾਂ ਜਦੋਂ ਸਾਨੂੰ ਬੁਲਾਉਣ ਅਸੀਂ ਜਾਂਦੇ ਹਾਂ ਜਦੋਂ ਮਤਲਬ ਜਾਂ ਜਦੋਂ 6 ਮਹੀਨੇ ਬਾਅਦ ਗੁਰਦੌਰੀਆਂ ਹੁੰਦੀਆਂ ਪਟਵਾਰੀ ਸਾਹਿਬ ਆਉਂਦੇ ਤਹਿਸੀਲਦਾਰ ਸਾਹਿਬ ਆਉਂਦੇ ਆ ਅਸੀਂ ਉਹਨਾਂ ਨੂੰ ਅਟੈਂਡੈਂਸ ਕਰਾਉਂਦੇ ਹਾਂ ਜੀ ਸਾਨੂੰ ਜਦੋਂ ਸੱਦ ਰਹੇ ਅਸੀਂ ਜਾਂਦੇ ਵੀ ਹਾਂ ਹਾਜ਼ਰੀ ਲਾ ਕੇ ਆਉਂਦੇ ਹਾਂ ਅਤੇ ਜਦੋਂ ਰਜਿਸਟਰੀ ਵਾਸਤੇ ਸੱਦ ਰਹੇ ਅਸੀਂ ਹਾਜ਼ਰ ਹਾਂ ਜੀ ਅਤੇ ਪਰ ਅਸੀਂ ਇਹ ਗੱਲ ਕਹਿੰਦੇ ਹਾਂ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡਾ ਮਾਣ ਭੱਤਾ ਵਧਾਇਆ ਜਾਵੇ ਇਸ ਚੀਜ਼ ਦਾ। ਲੰਬੜਦਾਰ ਜੀ ਇੱਕ ਹੋਰ ਮੈਂ ਕਿਸਾਨ ਵੀਰਾਂ ਨਾਲ ਸੰਬੰਧਿਤ ਤੁਹਾਡੇ ਨਾਲ ਸਵਾਲ ਕਰਦਾ ਹਾਂ ਕਿ ਜੋ ਕਿਸਾਨ ਵੀਰ ਜੋ ਵਾਰ ਵਾਰ ਉਹਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉਹ ਧਰਨੇ ਦੇ ਰਹੇ ਆ ਦਿੱਲੀ ਜਾ ਰਹੇ ਆ ਅਤੇ ਹੁਣ ਵੀ ਮੇਰੇ ਖਿਆਲ ਹਾਲੇ ਤਾਈਂ ਦਿੱਲੀ ਨਹੀਂ ਪਹੁੰਚੇ ਉਹਨਾਂ ਸੰਬੰਧਿਤ ਕੀ ਕਹਿਣਾ ਚਾਹੁੰਦੇ ਹੋ? ਅਸੀਂ ਜੀ ਸਰਕਾਰਾਂ ਨੂੰ ਸੈਂਟਰ ਨੂੰ ਇਹੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਰਕਾਰਾਂ ਨੂੰ ਸਾਡੇ ਹੱਕ ਦਿੱਤੇ ਜਾਣ ਜੀ। ਅਸੀਂ ਜੋ ਕਿਸਾਨਾਂ ਨੇ ਮੰਗਿਆ ਉਹ ਜਾਇਜ਼ ਮੰਗਾਂ ਸਾਡੀਆਂ ਜੀ, ਕੋਈ ਨਜਾਇਜ਼ ਨੇਗੀਆਂ ਸਰਕਾਰਾਂ ਕੋਲੋਂ। ਇਸ ਕਰਕੇ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਸਾਨੂੰ ਪਰੇਸ਼ਾਨ ਨਾ ਕਰਨ। ਇਸ ਕਰਕੇ ਜੋ ਸਾਡਾ ਪਿੱਛੇ ਜਿਸ ਹਿਸਾਬ ਨਾਲ ਸਾਡੀ ਸਰਕਾਰ ਦਾ ਜਿੱਦਾਂ ਸਾਡੀਆਂ ਫਸਲਾਂ ਦਾ ਸਾਨੂੰ ਜੋ ਮਿਲਦਾ MSP ਮਿਲਦੀ ਉਹ ਉਸੇ ਤਰ੍ਹਾਂ ਸਾਨੂੰ ਮਿਲਦੀ ਰਹੇ ਅਤੇ ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ। ਅਤੇ ਅਸੀਂ UPI ਆਪਣੇ ਪੱਤਰਕਾਰ ਗਗਨ ਭਾਅ ਜੀ ਹੋਣਾ ਦਾ ਅਤੇ ਬਾਕੀ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।